ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੰਗਰੇਜ਼ੀ ਦੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ 26 ਐਲਫਾਬੈਟਸ ਦੀ, ਏ ਤੋਂ ਲੈ ਕੇ ਜ਼ੈਡ ਤੱਕ ਕਿਵੇਂ ਤੁਸੀਂ ਇਹਨਾਂ ਦਾ ਉਚਾਰਨ ਕਰਨਾ ਹੈ ਅਤੇ ਤੁਸੀਂ ਇਹਨਾਂ ਨੂੰ ਲਿਖਤੀ ਰੂਪ ਵਿੱਚ ਕਿਵੇਂ ਸਿੱਖ ਸਕਦੇ ਹੋ, ਇਹਦੀ ਗੱਲ ਆਪਾਂ ਕਰ ਚੁੱਕੇ ਹੈਗੇ ਹਾਂ। ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਪੜਾਅ ਹੋਰ ਅੱਗੇ ਜਾਵਾਂਗੇ ਅਤੇ ਆਪਾਂ ਗੱਲ ਕਰਾਂਗੇ ਆਰਟੀਕਲ ਦੀ। ਅੰਗਰੇਜ਼ੀ ਦੇ ਵਿੱਚ 3 ਆਰਟੀਕਲ ਹੁੰਦੇ ਹਨ, ਏ, ਐਨ, ਦ। ਹੁਣ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? ਬਹੁਤ ਹੀ ਸੌਖਾ ਜਿਹਾ ਤਰੀਕਾ ਹੈ। ਜਦੋਂ ਤੁਸੀਂ ਇਹਨਾਂ 26 ਅੱਖਰਾਂ ਦੀ ਗੱਲ ਕੀਤੀ ਹੈ, 26 ਐਲਫਾਬੈਟਸ ਦੀ ਗੱਲ ਕੀਤੀ, ਇਹਨਾਂ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡਦੇ ਹਾਂ। ਇੱਕ ਹੁੰਦੇ ਹਨ ਵੋਵਲਸ ਅਤੇ ਇੱਕ ਹੁੰਦੇ ਹਨ ਕੌਨਸੋਨੈਂਟਸ। ਵੋਵਲਸ ਹੁੰਦੇ ਹਨ 5, ਏ, ਈ, ਆਈ, ਓ, ਯੂ। ਸੋ 5 ਵੋਵਲ ਹੋਏ। ਇਸ ਤੋਂ ਇਲਾਵਾ 26 ਵਿੱਚੋਂ ਜਦੋਂ 5 ਕੱਟ ਦਿੱਤੇ ਤਾਂ ਜਿਹੜੇ 21 ਬਚੇ ਉਹ ਹੁੰਦੇ ਹਨ ਕੌਨਸੋਨੈਂਟਸ। ਸੋ ਇਹਨਾਂ ਨੂੰ ਆਪਾਂ ਵੱਖ ਕਿਉਂ ਕੀਤਾ ਹੈ, ਵੱਖਰੀਵਾਂ ਕਿਉਂ ਸੀ ਇੱਥੇ? ਜਿਹੜੇ ਇਹ ਏ, ਈ, ਆਈ, ਓ, ਯੂ ਨੇ, ਇਹ ਸਾਰੇ ਅ ਦੀ ਜਾਂ ਓ ਦੀ ਆਵਾਜ਼ ਕੱਢ ਰਹੇ ਹਨ। ਸੋ ਅਸਲ ਵਿੱਚ ਇਹ ਸਵਰ ਦੀ ਆਵਾਜ਼ ਕੱਢ ਰਹੇ ਹਨ। ਪੰਜਾਬੀ ਜਾਂ ਹਿੰਦੀ ਵਿੱਚ ਜਦੋਂ ਆਪਾਂ ਸਵਰ ਸਿੱਖਦੇ ਹਾਂ, ਸੋ ਇਹ ਉਹਨਾਂ ਵਰਗੇ ਹੁੰਦੇ ਹਨ। ਇਹਨਾਂ ਨੂੰ ਜਦੋਂ ਆਪਾਂ ਕਿਸੇ ਇੱਕ ਨੂੰ ਕਹਿ ਕੇ ਇੱਦਾਂ ਲਿਖਣਾ ਹੈ ਕਿ ਇੱਕ ਆ ਚੀਜ਼, ਸੋ ਜਿਹੜਾ ਵੀ ਕੋਈ ਸ਼ਬਦ ਇਹਨਾਂ ਪੰਜਾਂ ਨਾਲ ਸ਼ੁਰੂ ਹੁੰਦਾ ਹੈਗਾ, ਉਹਦੇ ਅੱਗੇ ਐਨ ਲੱਗੇਗਾ। ਜਿਵੇਂ ਕਿ ਜੇ ਤੁਸੀਂ ਲਿਖਣਾ ਹੈ ਐਪਲ, ਸੋ ਸ਼ੁਰੂਆਤ ਹੁੰਦੀ ਹੈ ਏ ਨਾਲ, ਬੋਲਿਆ ਵੀ ਐਪਲ ਜਾਂਦਾ ਹੈਗਾ, ਸੋ ਉਹਦੇ ਅੱਗੇ ਐਨ ਲਿਖਿਆ ਜਾਵੇਗਾ। ਸੋ 1 ਐਪਲ ਦੀ ਬਜਾਏ ਆਪਾਂ ਲਿਖਾਂਗੇ ਐਨ ਐਪਲ। ਇਸੇ ਤਰੀਕੇ ਦੇ ਨਾਲ ਹੀ ਜੇ ਈ ਤੋਂ ਸ਼ੁਰੂ ਕਰੀਏ ਤਾਂ ਬਣਦਾ ਹੈ ਐਲੀਫੈਂਟ, ਸੋ ਫਿਰ ਆਪਾਂ ਲਿਖਾਂਗੇ ਐਨ ਐਲੀਫੈਂਟ। ਇਸੇ ਤਰੀਕੇ ਨਾਲ ਹੀ ਆਏ ਤੋਂ ਹੋ ਗਿਆ ਆਈਸਕ੍ਰੀਮ, ਸੋ ਐਨ ਆਈਸਕ੍ਰੀਮ। ਓ ਤੋਂ ਹੋ ਗਿਆ ਔਰੇਂਜ, ਸੋ ਐਨ ਔਰੇਂਜ। ਯੂ ਤੋਂ ਹੋ ਗਿਆ ਅੰਬਰੇਲਾ, ਸੋ ਐਨ ਅੰਬਰੇਲਾ। ਸੋ ਇਸੇ ਤਰੀਕੇ ਨਾਲ ਜਦੋਂ ਤੁਸੀਂ ਕਹਿਣਾ ਹੈਗਾ ਕਿ ਇੱਕ ਆ ਚੀਜ਼ ਤੇ ਉਹਦੀ ਸ਼ੁਰੂਆਤ ਹੋ ਰਹੀ ਹੈ ਏ, ਈ, ਆਈ, ਓ, ਯੂ ਤੋਂ, ਤਾਂ ਤੁਸੀਂ ਉਹਦੇ ਅੱਗੇ ਐਨ ਲਾ ਦੇਣਾ ਹੈ। ਸੋ ਇਹ ਤਾਂ ਹੋ ਗਈ ਇਹਨਾਂ ਪੰਜਾਂ ਦੀ ਗੱਲ, ਹੁਣ ਬਾਕੀ 21 ਦਾ ਕੀ ਕੀਤਾ ਜਾਵੇ? ਬਹੁਤ ਹੀ ਜ਼ਿਆਦਾ ਆਸਾਨ ਹੈ, ਤੁਸੀਂ ਬੇਫਿਕਰੀ ਦੇ ਨਾਲ ਉਹਨਾਂ ਦੇ ਅੱਗੇ ਏ ਲਾ ਸਕਦੇ ਹੈ। ਸੋ ਬੀ ਤੇ ਆਪਾਂ ਗੱਲ ਕਰਦੇ ਹਾਂ, ਸੋ ਬੀ ਤੇ ਆਉਂਦਾ ਹੈ ਬੋਏ। ਸੋ ਜੇ ਤੁਸੀਂ ਲਿਖਣਾ ਹੈ ਇੱਕ ਮੁੰਡਾ, ਸੋ ਉਹ ਹੋ ਗਿਆ 1 ਬੋਏ, ਪਰ ਉਹਦੀ ਥਾਂ ਤੇ ਆਪਾਂ ਲਿਖਾਂਗੇ ਅ ਬੋਏ। ਇਸੇ ਤਰੀਕੇ ਨਾਲ ਹੀ ਸੀ ਫੋਰ ਕੈਟ ਦੀ ਗੱਲ ਕਰ ਲਈਏ, ਸੋ ਅ ਕੈਟ। ਡੀ ਫੋਰ ਡੀਅਰ ਦੀ ਗੱਲ ਕਰ ਲਈਏ, ਸੋ ਅ ਡੀਅਰ। ਸੋ ਇਸੇ ਤਰੀਕੇ ਨਾਲ 1 ਨੂੰ ਜਦੋਂ ਤੁਸੀਂ ਰਿਪਲੇਸ ਕਰਦੇ ਹੋਏ ਏ ਜਾਂ ਐਨ ਨੂੰ ਪਾਉਂਦੇ ਹੈਗੇ, ਉੱਥੇ ਤੁਹਾਨੂੰ ਹੁਣ ਵੋਵਲਸ ਅਤੇ ਕੌਨਸੋਨੈਂਟਸ ਦਾ ਧਿਆਨ ਦੇਣਾ ਹੈ। ਪਰ ਇੱਥੇ ਹੁਣ ਥੋੜੀ ਜਿਹੀ ਇੱਕ ਇੱਥੇ ਪੇਜ ਫਸਿਆ ਹੋਇਆ ਹੈ। ਵੈਸੇ ਤਾਂ ਬਹੁਤ ਸੌਖਾ ਹੈ, ਏ, ਈ, ਆਈ, ਓ, ਯੂ ਵੇਖੋ, ਜੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਲਿਖਿਆ ਹੋਇਆ ਹੈ ਤਾਂ ਉਹਦੇ ਅੱਗੇ ਐਨ ਲਾ ਦਿਓ। ਪਰ ਕੁਝ ਇੱਦਾਂ ਦੇ ਸ਼ਬਦ ਵੀ ਨੇ ਇੰਗਲਿਸ਼ ਦੇ ਵਿੱਚ ਜਿਹੜੇ ਕਿ ਲਿਖੇ ਤਾਂ ਜਾਂਦੇ ਨੇ ਕੌਨਸੋਨੈਂਟ ਦੀ ਸ਼ੁਰੂਆਤ ਨਾਲ, ਪਰ ਬੋਲਦੇ ਹਨ ਉਹ ਵੋਵਲਸ ਵਾਂਗ। ਹਾਂ, ਇੱਦਾਂ ਦੇ ਕੋਈ ਸ਼ਬਦ ਨੇ। ਹੁਣ ਅੰਗਰੇਜ਼ੀ ਇੰਨੇ ਸਾਲਾਂ ਤੋਂ ਕਦੀ ਇੱਧਰੋਂ ਕਦੀ ਉੱਧਰੋਂ ਸ਼ਬਦ ਇਕੱਠੇ ਕਰ ਰਹੀ ਹੈਗੀ ਹੈ। ਸੋ ਕੁਝ ਇੱਦਾਂ ਦੇ ਸ਼ਬਦ ਵੀ ਇਹਨੇ ਲੈ ਲਏ ਹਨ ਜਿਹੜੇ ਕਿ ਕੁਝ ਯੂਰਪੀਅਨ ਭਾਸ਼ਾਵਾਂ ਤੋਂ ਨੇ, ਕੁਝ ਲੈਟਿਨ ਜਾਂ ਗ੍ਰੀਕ ਤੋਂ ਲਏ ਹਨ, ਜਿਹੜੇ ਕਿ ਬਿਲਕੁਲ ਉਸੇ ਤਰੀਕੇ ਨਾਲ ਹੀ ਬੋਲੇ ਜਾਂਦੇ ਹਨ। ਸੋ ਉੱਥੇ ਜਿਹੜਾ ਸਭ ਤੋਂ ਪਹਿਲਾ ਅੱਖਰ ਹੁੰਦਾ ਹੈ ਉਹ ਸਾਇਲੈਂਟ ਹੁੰਦਾ ਹੈ। ਬਹੁਤ ਹੀ ਜ਼ਿਆਦਾ ਜਿਹੜਾ ਆਮ ਤੌਰ 'ਤੇ ਜਿਹੜੀ ਐਗਜ਼ਾਮਪਲ ਦਿੱਤੀ ਜਾਂਦੀ ਹੈਗੀ ਹੈ ਕੋਮਨਲੀ, ਉਹ ਹੈ ਓਨੈਸਟ ਦੀ, ਐਚ ਓ ਐਨ ਈ ਐਸ ਟੀ। ਓਨੈਸਟ ਨੂੰ ਆਪਾਂ ਹੋਨੈਸਟ ਨਹੀਂ ਬੋਲਦੇ, ਹਾਂ ਓਨੈਸਟ ਬੋਲਦੇ ਹਾਂ। ਸੋ ਬੋਲਣ ਲੱਗਿਆ ਆਵਾਜ਼ ਆਈ ਸੀ ਓ ਦੀ, ਓ ਆਉਂਦਾ ਹੈ ਵੋਵਲਸ ਦੇ ਵਿੱਚ, ਸੋ ਇਸ ਕਰਕੇ ਇਹਦੇ ਅੱਗੇ ਹੁਣ ਐਨ ਲੱਗੇਗਾ, ਭਾਵੇਂ ਕਿ ਇਹਦੀ ਸ਼ੁਰੂਆਤ ਐਚ ਨੇ ਕੀਤੀ ਸੀ ਪਰ ਇੱਥੇ ਇਹ ਨਹੀਂ ਲੱਗੇਗਾ। ਸੋ ਉਹ ਸਾਰੇ ਸ਼ਬਦ ਜਿਹਨਾਂ ਦੀ ਸ਼ੁਰੂਆਤ ਤਾਂ ਇੱਕ ਕੌਨਸੋਨੈਂਟ ਕਰ ਰਿਹਾ ਹੈ ਪਰ ਬੋਲਣ ਲੱਗਿਆ ਜਦੋਂ ਆਪਾਂ ਉਹਦਾ ਉਚਾਰਨ ਕਰਦੇ ਹਾਂ ਉਦੋਂ ਆਵਾਜ਼ ਇਹਨਾਂ ਏ, ਈ, ਆਈ, ਓ, ਯੂ ਵਿੱਚੋਂ ਕਿਸੇ ਇੱਕ ਦੀ ਵੀ ਆਉਂਦੀ ਹੈਗੀ ਹੈ ਉੱਥੇ ਆਪਾਂ ਲਿਖ ਦੇਵਾਂਗੇ ਐਨ। ਜਿਵੇਂ ਕਿ ਆਪਾਂ ਲਿਖਣਾ ਹੋਵੇ ਓਨਰੇਬਲ, ਸੋ ਉਹ ਹੋਏਗਾ ਐਨ ਓਨਰੇਬਲ, ਨਾ ਕਿ ਏ ਓਨਰੇਬਲ। ਪਰ ਜੇ ਕਿਤੇ ਇਹ ਉਲਟ ਹੈ, ਭਾਵ ਕਿ ਵੋਵਲ ਤਾਂ ਲੱਗਿਆ ਹੈ ਪਰ ਆਵਾਜ਼ ਨਹੀਂ ਹੈ ਸਵਰ ਵਾਲੀ, ਤਾਂ ਫਿਰ ਏ ਲੱਗੇਗਾ। ਜਿਵੇਂ ਕਿ ਜੇ ਆਪਾਂ ਲਿਖਣਾ ਹੈ ਯੂਜ਼ਰ, ਸੋ ਆਵਾਜ਼ ਆ ਰਹੀ ਹੈ ਯੂਜ਼ਰ,
ਲੱਗਿਆ ਤਾਂ ਵੋਵਲ ਹੀ ਹੈ ਯੂ, ਪਰ ਆਵਾਜ਼ ਊ ਦੀ ਬਜਾਏ ਯੂ ਹੈ। ਸੋ ਇਸ ਯਈਏ ਕਰਕੇ ਆਪਾਂ ਅ ਲਾਵਾਂਗੇ ਨਾ ਕਿ ਐਨ। ਸੋ ਇਹ ਬਣੇਗਾ ਅ ਯੂਜ਼ਰ ਨਾ ਕਿ ਐਨ ਯੂਜ਼ਰ। ਸੋ ਇੱਥੇ ਹੁਣ ਤੁਹਾਨੂੰ ਬਹੁਤ ਹੀ ਥੋੜਾ ਜਿਹਾ ਸੋਚਣ ਦੀ ਲੋੜ ਹੈ, ਪਰ ਇੱਥੇ ਥੋੜਾ ਜਿਹਾ ਤੁਹਾਨੂੰ ਸਤਰਕ ਹੋਣਾ ਪਵੇਗਾ ਕਿ ਕਿਤੇ ਇਹ ਨਾ ਹੋਵੇ ਕਿ ਤੁਸੀਂ ਹੁਣ ਏ ਦੀ ਬਜਾਏ ਐਨ ਲਿਖੀ ਚੱਲੋ ਅਤੇ ਐਨ ਦੀ ਬਜਾਏ ਏ ਲਿਖੀ ਚੱਲੋ। ਥੋੜਾ ਜਿਹਾ ਉੱਤੇ ਥੱਲੇ ਕਰਨ ਦੀ ਲੋੜ ਪਵੇਗੀ, ਤੁਹਾਡੀ ਪ੍ਰੈਕਟਿਸ ਤੁਹਾਨੂੰ ਇੱਥੇ ਬਹੁਤ ਹੈਲਪ ਕਰ ਸਕਦੀ ਹੈਗੀ ਹੈ। ਸੋ ਜਦੋਂ ਵੀ ਕਿਸੇ ਅੰਗਰੇਜ਼ੀ ਦੇ ਨਵੇਂ ਸ਼ਬਦ ਨੂੰ ਸਿੱਖੋ, ਉਹਦਾ ਉਚਾਰਨ ਜੋ ਤੁਸੀਂ ਸਿੱਖੋ, ਉੱਥੇ ਨਾਲ ਦੇ ਨਾਲ ਵੇਖ ਲਵੋਗੇ ਇਹਦੇ ਅੱਗੇ ਏ ਲੱਗੇਗਾ ਜਾਂ ਫਿਰ ਐਨ ਲੱਗੇਗਾ। ਹੁਣ ਇਹ ਤਾਂ ਹੋ ਗਈ ਗੱਲ ਏ ਅਤੇ ਐਨ ਦੀ ਕਿ ਬਈ ਬੋਏ ਸੀ ਜਾਂ ਕੈਟ ਸੀ ਜਾਂ ਡੀਅਰ ਸੀ ਜਾਂ ਅੰਬਰੇਲਾ ਸੀ, ਅਸੀਂ ਵੇਖ ਲਵਾਂਗੇ ਕਿ ਕਿਹੜੀ ਚੀਜ਼ ਦਾ ਉਚਾਰਨ ਕਿੱਦਾਂ ਦਾ ਹੁੰਦਾ, ਕਿਹੜੇ ਸ਼ਬਦ ਦਾ ਜਾਂ ਫਿਰ ਲਿਖਿਆ ਕਿੱਦਾਂ ਦਾ ਹੁੰਦਾ, ਅਕੋਰਡਿੰਗਲੀ ਅਸੀਂ ਲਾ ਦੇਵਾਂਗੇ। ਸੋ ਫਿਰ ਦ ਦਾ ਕੀ ਕੰਮ ਹੈਗਾ? ਦ ਇੱਥੇ ਇੱਕ ਸਪੈਸੀਫਿਕ ਕਿਸੇ ਚੀਜ਼ ਦੇ ਲਈ ਇੱਥੇ ਇਸਤੇਮਾਲ ਕੀਤਾ ਜਾਂਦਾ ਹੈਗਾ। ਦ ਦਾ ਮਤਲਬ ਵੀ ਇੱਕ ਹੀ ਹੁੰਦਾ ਹੈਗਾ, ਪਰ ਜ਼ਰੂਰੀ ਨਹੀਂ ਹੈ ਕਿ ਇੱਕ ਹੀ ਹੋਵੇ। ਇਹ ਤੁਸੀਂ ਇੱਕ ਵਚਨ ਅਤੇ ਬਹੁਵਚਨ ਦੋਵਾਂ ਦੇ ਲਈ ਵਰਤ ਸਕਦੇ ਹੈਗੇ। ਏ ਤੇ ਐਨ ਸਿਰਫ ਤੇ ਸਿਰਫ ਇੱਕ ਵਚਨ ਲਈ ਹੀ ਹੋਣਗੇ, ਉਹਦਾ ਮਤਲਬ ਹੀ ਇੱਕ ਹੈਗਾ, ਲੇਕਿਨ ਜਿਹੜਾ ਦ ਹੈਗਾ ਇਹ ਤੁਸੀਂ ਦੋਵੇਂ ਪਾਸੇ ਹੀ ਵਰਤ ਸਕਦੇ ਹੈਗੇ। ਹੁਣ ਜੇ ਆਪਾਂ ਬੋਲਣਾ ਹੋਵੇ ਐਪਲ, ਐਪਲ ਨੂੰ ਜੇ ਤੁਸੀਂ ਇੱਕ ਐਪਲ ਬੋਲਣਾ ਸੀਗਾ ਤਾਂ ਫਿਰ ਤਾਂ ਤੁਸੀਂ ਲਿਖ ਲਿਆ ਸੀਗਾ ਐਨ ਐਪਲ। ਇਸੇ ਤਰੀਕੇ ਨਾਲ ਤੁਸੀਂ ਬੋਏ ਕਹਿਣਾ ਸੀ ਤਾਂ ਤੁਸੀਂ ਬੋਲਿਆ ਸੀ ਅ ਬੋਏ, ਪਰ ਦੋਵਾਂ ਦੇ ਅੱਗੇ ਹੀ ਦ ਲੱਗ ਜਾਂਦਾ ਹੈ, ਦ ਐਪਲ ਵੀ ਹੋ ਜਾਂਦਾ ਹੈ ਤੇ ਦ ਬੋਏ ਵੀ ਹੋ ਜਾਂਦਾ ਹੈ। ਹੁਣ ਇਹ ਦ ਕਿਵੇਂ ਲੱਗਦਾ ਹੈ? ਦ ਨੂੰ ਲਾਉਣਾ ਬਹੁਤ ਹੀ ਜ਼ਿਆਦਾ ਸੌਖਾ ਹੈ, ਪਰ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਸਮਝਣ ਦੀ ਲੋੜ ਪਵੇਗੀ। ਦ ਦਾ ਮਤਲਬ ਹੁੰਦਾ ਹੈ ਕਿਸੇ ਇੱਕ ਸਪੈਸੀਫਿਕ ਚੀਜ਼ ਬਾਰੇ ਜਦੋਂ ਗੱਲ ਹੋ ਰਹੀ ਹੋਵੇ, ਉਹੀ ਮੁੰਡਾ ਜਾਂ ਉਹ ਮੁੰਡਾ ਜਿਹੜਾ ਕਿ ਉਨੀ ਦੂਰ ਭੱਜਿਆ ਜਾਂਦਾ ਸੀ, ਜਾਂ ਫਿਰ ਉਹ ਸੇਬ ਜਿਹੜਾ ਕਿ ਮੈਂ ਉਸ ਪੋਟਲੀ ਵਿੱਚੋਂ ਚੁੱਕਿਆ ਸੀ। ਸੋ ਜਦੋਂ ਉਸ ਇੱਕ ਚੀਜ਼ ਦੀ ਜਿਹੜੀ ਕਿ ਸਪੈਸੀਫਿਕ ਹੀ ਹੈਗੀ ਹੈ ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ, ਉੱਥੇ ਆਪਾਂ ਗੱਲ ਕਰਦੇ ਹਾਂ ਦ ਦੀ। ਜਦੋਂ ਆਪਾਂ ਅ ਜਾਂ ਫਿਰ ਐਨ ਲਾਉਂਦੇ ਹਾਂ, ਸੋ ਇਹ ਨੋਰਮਲ ਇੱਕ ਚੀਜ਼ ਹੈ, ਐਨ ਐਪਲ, ਇੱਕ ਸੇਬ, ਉਹ ਕੋਈ ਵੀ ਸੇਬ ਹੋ ਸਕਦਾ ਹੈ। ਲੇਕਿਨ ਜਦੋਂ ਆਪਾਂ ਦ ਲਾ ਦਿੰਦੇ ਹਾਂ, ਸੋ ਇੱਕ ਪਰਟੀਕੁਲਰ ਸੇਬ ਹੈਗਾ ਜਿਹਦੀ ਆਪਾਂ ਗੱਲ ਹੁਣ ਕਰਨ ਲੱਗੇ ਹਾਂ। ਸੋ ਇੱਦਾਂ ਲੱਗਦਾ ਹੈ ਦ। ਇਸ ਤੋਂ ਇਲਾਵਾ ਕੋਈ ਵੀ ਬਹੁਤ ਮਸ਼ਹੂਰ ਚੀਜ਼ ਜਾਂ ਕੋਈ ਵੀ ਇੱਕ ਸਿਗਨੀਫਿਕੈਂਟ ਚੀਜ਼ ਜਿਹੜੀ ਹੁੰਦੀ ਹੈਗੀ ਹੈ ਉਹਦੇ ਅੱਗੇ ਵੀ ਆਪਾਂ ਦ ਲਾਉਂਦੇ ਹਾਂ। ਸੋ ਅ ਤਾਜ ਮਹਿਲ ਨਹੀਂ ਹੋਵੇਗਾ, ਉਹ ਦ ਤਾਜ ਮਹਿਲ ਹੀ ਹੋਵੇਗਾ। ਅ ਤਾਜ ਮਹਿਲ ਤਾਂ ਇੱਕ ਤਾਜ ਮਹਿਲ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਸੋ ਇਸ ਕਰਕੇ ਉਹ ਇੱਕੋ ਹੀ ਹੈ, ਪਰਟੀਕੁਲਰ ਹੀ ਹੈਗਾ, ਇਸੇ ਕਰਕੇ ਉਹਦੇ ਅੱਗੇ ਆਪਾਂ ਦ ਲਾਵਾਂਗੇ। ਸੋ ਦ ਤਾਜ ਮਹਿਲ, ਦ ਗੇਟਵੇ ਆਫ ਇੰਡੀਆ। ਸੋ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਪਰਟੀਕੁਲਰ ਚੀਜ਼ਾਂ ਹਨ ਉਹਨਾਂ ਦੇ ਅੱਗੇ ਤੁਸੀਂ ਕਿਸੇ ਇੱਕ ਚੀਜ਼ ਵੱਲ ਜਿਹਦਾ ਇਸ਼ਾਰਾ ਕਰਕੇ ਜਾਂ ਜਿਹਦਾ ਸੁਝਾਅ ਦੇ ਕੇ ਤੁਸੀਂ ਉੱਥੇ ਗੱਲ ਕਰ ਰਹੇ ਹੋ, ਉੱਥੇ ਹੁਣ ਅਸੀਂ ਦ ਦੀ ਵਰਤੋਂ ਕਰਨੀ ਹੈ। ਪਰ ਇੱਥੇ ਹੁਣ ਤੁਹਾਡੇ ਸਿੱਖਣ ਦੀ ਗੱਲ ਇਹ ਹੈਗੀ ਹੈ ਕਿ ਭਾਵੇਂ ਤੁਸੀਂ ਕੁਝ ਸਪੈਸੀਫਿਕ ਬੋਲ ਰਹੇ ਹੋਵੋ, ਕਿਸੇ ਇੱਕੋ ਦੀ ਗੱਲ ਕਰ ਰਹੇ ਹੋਵੋ, ਜਾਂ ਫਿਰ ਉਹ ਸਾਰੀ ਦੁਨੀਆਂ ਵਿੱਚ ਇੱਕ ਹੀ ਹੋਵੇ, ਕਿਸੇ ਇਨਸਾਨ ਦਾ ਨਾਮ ਉਹਦੇ ਅੱਗੇ ਤੁਸੀਂ ਦ ਨਹੀਂ ਲਾਉਂਗੇ। ਸੋ ਦ ਰਾਮ ਜਾਂ ਦ ਰਾਧਾ ਨਹੀਂ ਹੋਵੇਗਾ, ਅਰਾਮ ਅਰਾਧਾ ਵੀ ਨਹੀਂ ਹੋਵੇਗਾ, ਤੇ ਐਨ ਤਾਂ ਹੋਵੇਗਾ ਹੀ ਨਹੀਂ। ਕਿਸੇ ਵੀ ਇਨਸਾਨ ਦਾ ਨਾਮ ਜਾਂ ਕਿਸੇ ਆਪਾਂ ਇਨਸਾਨ ਦੀ ਗੱਲ ਕਰਦੇ ਹੈਗੇ ਆ, ਉਹਦੇ ਅੱਗੇ ਬਿਲਕੁਲ ਵੀ ਆਪਾਂ ਦ ਦੀ ਜਾਂ ਇਹਨਾਂ ਵਿੱਚੋਂ ਕਿਸੇ ਵੀ ਆਰਟੀਕਲ ਦੀ ਵਰਤੋਂ ਨਹੀਂ ਕਰਨੀ ਹੈ। ਸੋ ਇਹਨੂੰ ਸਮਝਣ ਦੇ ਲਈ ਬਹੁਤ ਹੀ ਸੌਖੀ ਜਿਹੀ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ। ਜਦੋਂ ਅਸੀਂ ਬੋਲਣਾ ਹੈਗਾ ਚੀਫ ਮਿਨਿਸਟਰ ਆਫ ਪੰਜਾਬ, ਭਾਵ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਇੱਕੋ ਹੀ ਹੈ, ਸਪੈਸੀਫਿਕ ਹੀ ਹੈਗਾ। ਸੋ ਉੱਥੇ ਆਪਾਂ ਲਿਖਾਂਗੇ ਦ ਚੀਫ ਮਿਨਿਸਟਰ ਆਫ ਪੰਜਾਬ, ਇੱਥੇ ਆਪਾਂ ਅ ਨਹੀਂ ਲਿਖਾਂਗੇ। ਇਸ ਤੋਂ ਇਲਾਵਾ ਜਦੋਂ ਅਸੀਂ ਉਸ ਇਨਸਾਨ ਦਾ ਨਾਮ ਬੋਲਦੇ ਹਾਂ ਜਿਹੜਾ ਕਿ ਪੰਜਾਬ ਦਾ ਚੀਫ ਮਿਨਿਸਟਰ ਹੈ, ਕੁਛ ਵੀ ਏ ਬੀ ਸੀ ਜਿਹੜਾ ਵੀ ਕੋਈ ਨਾਮ ਹੈਗਾ, ਉਹ ਅਸੀਂ ਸਿਰਫ ਏ ਬੀ ਸੀ ਹੀ ਬੋਲਾਂਗੇ। ਇਹ ਨਹੀਂ ਹੋਣਾ ਚਾਹੀਦਾ ਕਿ ਦ ਏ ਬੀ ਸੀ, ਨਹੀਂ, ਉੱਥੇ ਅਸੀਂ ਉਹਦਾ ਸਿਰਫ ਨਾਮ ਬੋਲਾਂਗੇ, ਨਹੀਂ ਤਾਂ ਦ ਚੀਫ ਮਿਨਿਸਟਰ ਆਫ ਪੰਜਾਬ।
ਸੋ ਬਹੁਤ ਸੌਖਾ ਜਿਹਾ ਹੈਗਾ, ਤੁਹਾਨੂੰ ਸਿਰਫ ਇਹਦੇ ਲਈ ਥੋੜ੍ਹੀ ਜ਼ਿਆਦਾ ਪ੍ਰੈਕਟਿਸ ਦੀ ਲੋੜ ਹੋਵੇਗੀ। ਬਹੁਤ ਸਾਰੇ ਸ਼ਬਦ ਹਨ ਜਿਹੜੇ ਤੁਹਾਨੂੰ ਆਲੇ ਦੁਆਲੇ ਮਿਲਦੇ ਹਨ, ਉਹਨਾਂ ਨੂੰ ਚੁੱਕੋ, ਵੇਖੋ ਕਿ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਕੀ ਆਖਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਉਹਨਾਂ ਦੇ ਅੱਗੇ ਇਹ ਲੱਗੇਗਾ, ਐਨ ਲੱਗੇਗਾ, ਦ ਲੱਗੇਗਾ, ਦ ਲੱਗੇਗਾ ਤਾਂ ਕਿਉਂ ਲੱਗੇਗਾ, ਜੇ ਨਹੀਂ ਲੱਗੇਗਾ ਤਾਂ ਕਿਉਂ ਲੱਗੇਗਾ। ਸੋ ਇਹ ਸਾਰੀਆਂ ਚੀਜ਼ਾਂ ਹੁਣ ਤੁਹਾਡੀ ਥੋੜ੍ਹੀ ਜਿਹੀ ਰੁਚੀ ਮੰਗਦੀਆਂ ਹਨ, ਇਹਨੂੰ ਥੋੜ੍ਹਾ ਜਿਹਾ ਘਰ ਵਿੱਚ ਕਰਕੇ ਵੇਖੋ, ਆਸਾਨੀ ਨਾਲ ਤੁਸੀਂ ਇਹਨਾਂ ਆਰਟੀਕਲਸ ਨੂੰ ਸਮਝ ਜਾਓ। ਸੋ ਚਲੋ ਫਿਰ ਮੈਨੂੰ ਦਿਓ ਇਜਾਜ਼ਤ, ਅਗਲੀ ਵੀਡੀਓ ਦੇ ਵਿੱਚ ਆਪਾਂ ਬੜੇ ਹੀ ਅਹਿਮ ਮੁੱਦੇ ਦੀ ਗੱਲ ਕਰਨੀ ਹੈ। ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਪਾਰਟਸ ਆਫ ਸਪੀਚ ਦੀ, ਸ਼ਬਦ ਬੋਧ ਦੀ। ਮੈਨੂੰ ਉਮੀਦ ਹੈਗੀ ਹੈ ਕਿ ਤੁਸੀਂ ਉਹਦੀ ਉਡੀਕ ਜ਼ਰੂਰ ਰੱਖੋਗੇ। ਸੋ ਚਲੋ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੈਗੀ, ਇਹਨੂੰ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਦੇ ਲਈ ਧੰਨਵਾਦ।